ਓਏ ਕੈਰੋ ਕੱਲ ਨੂੰ ਛੋਡੀ ਕੁੜੀ ਨਾ ਵਾਪਰਿਆ ਫੇਰ ਫੇਰ ਪਟੋਂਗੇ ਫਿਰ ਰੋਵੋਗੇ ਇਹ ਜਵਾਨੀ ਹੁੰਦੀ ਹੈ ਜਿਹੜੀ ਡਰ ਕੇ ਘੋਰਨੇ ਚ ਵੜ ਗਈ ਹੋਸਟਲਾਂ ਚ ਵੜ ਗਈ ਜਾਂ ਛੱਡ ਕੇ ਹੋਸਟਲ ਪਿੰਡਾਂ ਨੂੰ ਤੁਰ ਗਈ ਲੜਨ ਨਹੀਂ ਚਾਹੁੰਦੇ ਲੱਖ ਲਾਹਣ ਦਾ ਥੋੜੀ ਇਹ ਜਵਾਨੀ ਤੇ ਜਾ ਆਈ ਜੇ ਇਹ ਨਾ ਆਈ ਯਾਰ ਕਾਲਜਾਂ ਚ ਪੜਦੇ ਅਸੀਂ ਵੀ ਲੜਦੇ ਰਹੇ ਹਾਂ ਇੱਕ ਹਾਕ বাজ ਜਾਂਦੀ ਸੀ ਤਾਂ ਸਾਰੇ ਵਿਦਿਆਰਥੀ ਗੇਟ ਤੇ ਇਕੱਠੇ ਹੋ ਜਾਂਦੇ ਸੀ ਸਪਿਰਟ ਰੱਖ ਲਓ ਇੰਨਾ ਜਜ਼ਬਾ ਰੱਖ ਲਓ ਜਾਂ ਜਨੂਨ ਸੀ ਅੰਦਰ ਲੜਨ ਦਾ ਵੀ ਬੇਇਨਸਾਫੀ ਨਹੀਂ ਹੋਣ ਦੇਣੀ ਮਾੜੀਆਂ ਮਾੜੀਆਂ ਗੱਲਾਂ ਦੇ ਯਾ ਟਿਕਟਾਂ ਪਿੱਛੇ ਲੜਦੇ ਰਹੇ ਹਾਂ ਅਸੀਂ ਕੁੜੀ ਨੂੰ ਇੱਕ ਕੋਈ ਪੀੜ ਉਹਦੇ ਆਉਂਦੇ ਨੇ ਤਾਂ ਉਹਨੂੰ ਇਹ ਕਹਿ ਦਿੱਤਾ ਜਾਂਦਾ ਕਿ ਤੈਨੂੰ ਐਸੀ ਗੋਲੀ ਦੇਵਾਂਗੇ ਤੇਰੀ ਸਾਰੀ ਉਮਰ ਹੀ ਤੇਰੇ ਪੀੜ ਨਹੀਂ ਆਉਣੇ ਜਦੋਂ ਕੋਈ ਵਿਦਿਆਰਥੀ ਕੋਈ ਆਪਣਾ ਕਾਪੀ ਵਗੈਰਾ ਕੋਈ ਨੋਟਬੁੱਕ ਵਗੈਰਾ ਚੈੱਕ ਕਰਾਉਣ ਜਾਂਦਾ ਤਾਂ ਉਹਨੂੰ ਇਹ ਕਿਹਾ ਜਾਂਦਾ ਇੱਕ ਪ੍ਰੋਫੈਸਰ ਵੱਲੋਂ ਕਿ ਤੂੰ ਨੂੰ ਮੋੜ ਕੇ ਪਿੱਛੇ ਲੈ ਲਾ ਪੁਰੁੰਗਾਂ ਨੂੰ ਵੀ ਧਮਕੀ ਦੇ ਰਹੇ ਆ ਵੀ ਸਾਨੂੰ ਮਾਰ ਦਿਆਂਗੇ ਨੰਬਰ ਵੀ ਸਾਹਮਣੇ ਆ ਗਏ ਹੁਣ ਤਾਂ ਪੁਲਿਸ ਨੰਬਰਾਂ ਤੋਂ ਮਿੰਟੋ ਮੇਰੀ ਟਰੇਸ ਕਰਕੇ ਬੰਦੇ ਚੱਕ ਲੈਂਦੀ ਐ ਕੀ ਬੰਦੇ ਸਾਹਮਣੇ ਆਉਣਗੇ ਕਿ ਇਹ ਇਹਦੇ ਵੀ ਸੱਟ ਬਿਠਾ ਦੇਣਗੇ ਹਰ ਠੋਕੇ ਰਹੇ ਨੇ ਜਿਹੜੇ ਏਜੰਸੀਆਂ ਦੇ ਜਿਹੜੇ ਹਮੇਸ਼ਾ ਪੰਜਾਬ ਦੀ ਜਵਾਨੀ ਦੇ ਉਲਟ ਭੁਗਤੇ ਨੇ ਉਹ ਬੰਦੇ ਇੱਥੇ ਅੱਜ ਉੱਠ ਕੇ ਕਹਿੰਦੇ ਆ ਕਿ ਹੁੱਲੜਵਾਜ਼ ਇਕੱਠੇ ਹੋਗੇ ਉਹਨਾਂ ਨੇ ਬਾਜੀ ਕੀਤੀ ਇਹ ਹੁੱਲੜਵਾਜ਼ ਜੇ ਇੱਕ ਇਨਸਾਨ ਦੀ ਜਾਨ ਚਲੀ ਜਾਂਦੀ ਹੈ ਯੂਨੀਵਰਸਿਟੀ 15000 ਸਟੂਡੈਂਟ ਹੋਣਾ ਘੱਟੋ ਘੱਟ 15 16000 ਦੋ 2500 ਆ ਕੀ ਤੁਸੀਂ ਕਰ ਲਓਗੇ ਅੱਗੇ ਜਾ ਕੇ ਅੱਗੇ ਤਾਂ ਲੜਾਈਆਂ ਬਹੁਤ ਵੱਡੀਆਂ ਨੇ ਸਾਡੀਆਂ ਹਕੂਮਤਾਂ ਨਾਲ ਟੱਕਰਾਂ ਪੈਣੀਆਂ ਨੇ ਉੱਥੇ ਕਿੱਥੇ ਲੜ ਲਓਗੇ ਆ ਪੂਰਾ ਪ੍ਰਸ਼ਾਸਨ ਦੇ ਖਿਲਾਫ ਵੀ ਤੁਸੀਂ ਖੜੇ ਹੋ ਸਕਦੇ ਇਹ ਸਖਬ ਨਾਮ ਕਾਮਰਡ ਨਹੀਂ ਆ ਹਮ ਇਹ ਇੱਕ ਇਨਸਾਨ ਦੀ ਜਾਨ ਚਲੀ ਜਾਣਾ ਜੀ ਜਿਹੜਾ ਬੱਚਾ ਇੱਕ ਯੂਆਈਪੀਐਸ ਆਈਐਸ ਬਣਨਾ ਚਾਹੁੰਦਾ ਸੀ ਉਹ ਸੁਪਨਾ ਲੈ ਕੇ ਯੂਨੀਵਰਸਿਟੀ ਆਉਂਦਾ ਉਹ ਵੀ ਉਸ ਦੌਰ ਚ ਉਸ ਸਮੇਂ ਚ ਉਹ ਨਾ ਜਦੋਂ ਸਾਡੇ ਦੌੜ ਲੱਗੀ ਹੋਈ ਆ ਹੋੜ ਲੱਗੀ ਹੋਈ ਆ ਸਾਡੀ ਪੰਜਾਬ ਦੀ ਜਵਾਨੀ ਚ ਬਾਹਰ ਨੂੰ ਜਾਣ ਦੀ 12 ਤੋਂ ਬਾਅਦ ਆ ਕਾਲਜ ਛੱਡੋ ਯੂਨੀਵਰਸਿਟੀ ਕਾਲਜ ਨਹੀਂ ਕਿਉਂ ਯੂਨੀਵਰਸਿਟੀ ਤਾਂ ਆਉਣਾ ਹੀ ਕਿਨੇ ਆ ਕਾਲਜ ਬੰਦ ਹੋ ਚੱਲੇ ਯੂਨੀਵਰਸਟੀਆਂ ਖਾਲੀ ਹੋ ਚੱਲੀਆਂ ਉਸ ਦੌਰ ਦੇ ਵਿੱਚ ਸਾਡਾ ਇੱਕ ਬੱਚਾ ਆਉਂਦਾ ਤਾਂ ਉਹਦੇ ਨਾਲ ਇਹ ਐਡਾ ਵੱਡਾ ਹਾਦਸਾ ਵਾਪਰ ਜਾਂਦਾ ਕਿਉਂ ਵਾਪਰਿਆ ਮੈਂ ਪਿਛਲੇ 12 ਸਾਲ ਤੋਂ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਇੱਥੇ ਮੇਰਾ ਐਡਮਿਸ਼ਨ ਵੀ ਰਹੀ ਆ ਮੈਂ ਵੀ ਲਗਾਤਾਰ ਇੱਥੇ ਸਾਰੇ ਜਿਹੜੇ ਟੀਚਰ ਆ ਉਹਨਾਂ ਨੂੰ ਜਾਣਦਾ ਚੰਗੀ ਤਰ੍ਹਾਂ ਇਹ ਇੱਕ ਦਿਨ ਦੀ ਨਹੀਂ ਗੱਲ ਹੈਗੀ ਵੀ ਇੱਕ ਦਿਨ ਇਹ ਕੋਈ ਇਸ ਤਰ੍ਹਾਂ ਦਾ ਕੋਈ ਵਰਤਾਰਾ ਵਾਪਰਿਆ ਤੇ ਕੋਈ ਘਟਨਾ ਵਾਪਰੀ ਤੇ ਮਾਹੌਲ ਬਣ ਗਿਆ ਤੇ ਕੁੜੀ ਦੀ ਮੌਤ ਹੋ ਗਈ ਆਈਸੀ ਸਟੂਡੈਂਟ ਨੇ ਇਸ ਯੂਨੀਅਨ ਇਸ ਯੂਨੀਵਰਸਿਟੀ ਦੇ ਪੰਜਾਬੀ ਡਿਪਾਰਟਮੈਂਟ ਦੇ ਹਾਂ ਜੀ ਥੈਂਕ ਯੂ ਹਾਂ ਇਸੇ ਡਿਪਾਰਟਮੈਂਟ ਦੇ ਇਹ ਵਿਦਿਆਰਥੀ ਨੇ ਤੁਸੀਂ ਵੀ ਇੱਥੇ ਬਥੇਰੇ ਵਿਦਿਆਰਥੀਆਂ ਦੀਆਂ ਜਿਹੜੀਆਂ ਇੰਟਰਵਿਊ ਕੀਤੀਆਂ ਹੋਣੀਆਂ ਉਹਨਾਂ ਨੇ ਗੱਲਾਂ ਬਾਤਾਂ ਤੁਹਾਨੂੰ ਵੀ ਪਤਾ ਲੱਗਿਆ ਹੋਣਾ ਵੀ ਯਾਰ ਜਿਹੜਾ ਬਥੀਰਾ ਪ੍ਰੋਫੈਸਰਾਂ ਦਾ ਵਿਦਿਆਰਥੀਆਂ ਨਾਲ ਜਦੋਂ ਕੋਈ ਵਿਦਿਆਰਥੀ ਕੋਈ ਆਪਣਾ ਕਾਪੀ ਵਗੈਰਾ ਕੋਈ ਨੋਟਬੁੱਕ ਵਗੈਰਾ ਚੈੱਕ ਕਰਾਉਣ ਜਾਂਦਾ ਤਾਂ ਉਹਨੂੰ ਇਹ ਕਿਹਾ ਜਾਂਦਾ ਇੱਕ ਪ੍ਰੋਫੈਸਰ ਵੱਲੋਂ ਕਿ ਤੂੰ ਇਹਨੂੰ ਮੋੜ ਕੇ ਪਿੱਛੇ ਲੈ ਲਾ ਜਾਂ ਇੱਕ ਕੁੜੀ ਨੂੰ ਇੱਕ ਕੋਈ ਪੀੜ ਉਹਦੇ ਆਉਂਦੇ ਨੇ ਤਾਂ ਉਹਨੂੰ ਇਹ ਕਹਿ ਦਿੱਤਾ ਜਾਂਦਾ ਕਿ ਤੈਨੂੰ ਐਸੀ ਗੋਲੀ ਦੇਵਾਂਗੇ ਤੇਰੇ ਪੀੜ ਨਹੀਂ ਸਾਰਾ ਸਾਰੀ ਤੇਰੀ ਸਾਰੀ ਉਮਰ ਹੀ ਤੇਰੇ ਪੀੜ ਨਹੀਂ ਆਉਣੇ ਤਾਂ ਇਸ ਤਰ੍ਹਾਂ ਦੀਆਂ ਯਾਰ ਗੱਲਾਂ ਬਾਤਾਂ ਹੋਣੀਆਂ ਇੱਕ ਟੀਚਰ ਦਾ ਰਿਸ਼ਤਾ ਇੱਕ ਸਟੂਡੈਂਟ ਦੇ ਨਾਲ ਇੱਕ ਗੁਰੂ ਚੇਲੇ ਵਾਲਾ ਵੀ ਹੁੰਦਾ ਹੈ ਇੱਕ ਦੋਸਤ ਮਿੱਤਰ ਵਾਲਾ ਵੀ ਹੁੰਦਾ ਹੈ ਹਰ ਤਰ੍ਹਾਂ ਦੀ ਸਮੱਸਿਆ ਕੋਈ ਮੁਸ਼ਕਲ ਆ ਤਾਂ ਬੱਚਾ ਮਾਪਿਆਂ ਨਾਲ ਸਾਂਝੀ ਕਰਦਾ ਹੋ ਟੀਚਰ ਨਾਲ ਕਰਦਾ ਤੇ ਟੀਚਰ ਇਹ ਜਿਹੜਾ ਉਹ ਮਰੋਂ ਪਤੀਰਾ ਉਹਨਾਂ ਨਾਲ ਕਰਦੇ ਆ ਤਾਂ ਉਹ ਬੱਚਾ ਕਰੂਗਾ ਕਿ ਅਖੀਰ ਉਹਨੂੰ ਆਪਣੀ ਜਾਨ ਤੋਂ ਹੱਤੋਂ ਨੇ ਪੈਂਦੇ ਆ ਉਦੋਂ ਅੱਗੇ ਜਿਹੜੀ ਸਭ ਤੋਂ ਖਤਰਨਾਕ ਗੱਲ ਹੋ ਰਹੀ ਆ ਹੁਣ ਇਹ ਇੱਕ ਮੂਵਮੈਂਟ ਖੜੀ ਹੋ ਗਈ ਲਹਿਰ ਖੜੀ ਹੋ ਗਈ ਵਿਦਿਆਰਥੀ ਉੱਠੇ ਵਿਦਿਆਰਥੀਆਂ ਨੇ ਵਿਦਿਆਰਥੀਆਂ ਦੇ ਵਿੱਚੋਂ ਸਭ ਤੋਂ ਸੋਚਣ ਵਾਲੀ ਅਹਿਮ ਗੱਲ ਇਹ ਹੈ ਵੀ ਜੇ ਕੁੜੀਆਂ ਨੇ ਉੱਠ ਕੇ ਪ੍ਰੋਫੈਸਰ ਦੀ ਪਹਿਲਾਂ ਕੁੱਟਮਾਰ ਸ਼ੁਰੂ ਕੀਤੀ ਤਾਂ ਸਮਝ ਲਓ ਮਾਮਲਾ ਬਹੁਤ ਵੱਡਾ ਹੈ ਗੜਬੜ ਬਹੁਤ ਵੱਡੀ ਹੈ ਨਹੀਂ ਛੇਤੀ ਛੇਤੀ ਕੁੜੀ ਠੀਕ ਆ ਮੁੰਡੇ ਵੀ ਨਹੀਂ ਮੈਨੂੰ ਲੱਗਦਾ ਕਿ ਮੁੰਡੇ ਵੀ ਅੱਡੇ ਬਤਮੀਜ਼ ਨਹੀਂ ਹੁੰਦੇ ਇਹ ਆਪਣੇ ਗੁਰੂ ਤੇ ਆ ਚੱਕਣਗੇ ਫਿਰ ਵੀ ਜੇ ਕੁੜੀਆਂ ਦਾ ਜਮੇ ਨਹੀਂ ਹੁੰਦੀਆਂ ਜੇ ਕੁੜੀਆਂ ਉੱਠ ਕੇ ਸ਼ੁਰੂਆਤ ਕਰਦੀਆਂ ਨੇ ਇੱਕ ਟੀਚਰ ਦੇ ਮਾਰਦੀਆਂ ਨਾ ਤਾਂ ਸਮਝੋ ਇਹ ਬਹੁਤ ਵੱਡੀ ਗੱਲ ਆ ਤੇ ਇਹਨੂੰ ਸਮਝਣ ਦੀ ਲੋੜ ਆ ਇਹਦਾ ਸਾਰਾ ਪਿਛਲਾ ਪਿਛੋਕੜ ਦੇਖਣ ਦੀ ਲੋੜ ਆ ਇੱਥੋਂ ਦੇ ਬੀਸੀ ਨੂੰ ਇੱਥੋਂ ਦੇ ਪ੍ਰਬੰਧਕਾਂ ਨੂੰ ਜਾਂ ਜਿਹੜੇ ਵੀ ਬੰਦੇ ਦਲਜੀਤ ਅਮੀ ਵਰਗੇ ਬੀਬੀਸੀ ਦਾਰੇ ਚ ਕੰਮ ਕਰਨ ਵਾਲੇ ਬੰਦੇ ਜਿਹੜੇ ਹਮੇਸ਼ਾ ਹੀ ਸਰਕਾਰ ਦੇ ਟਾਊਟ ਰਹੇ ਨੇ ਹੱਠ ੋਕੇ ਰਹੇ ਨੇ ਜਿਹੜੇ ਏਜੰਸੀਆਂ ਦੇ ਜਿਹੜੇ ਹਮੇਸ਼ਾ ਪੰਜਾਬ ਦੀ ਜਿਵਾਨੀ ਦੇ ਉਲਟ ਭੁਗਤੇ ਨੇ ਉਹ ਬੰਦੇ ਇੱਥੇ ਅੱਜ ਉੱਠ ਕੇ ਕਹਿੰਦੇ ਆ ਕਿ ਹੌਲੜਾ ਆਵਾਜ਼ ਇਕੱਠੇ ਹੋਗੇ ਹੌਲੜਾ ਬਾਜੀ ਕੀਤੀ ਇਹ ਹੁਰੜਵਾਜੀ ਹੈ ਜਦ ਇੱਕ ਇਨਸਾਨ ਦੀ ਜਾਣ ਚਲੀ ਜਾਂਦੀ ਹੈ ਪ੍ਰੋਫੈਸਰ ਬਾਰੇ ਸਰਜੀਤ ਬਾਰੇ ਕੌਣ ਨਹੀਂ ਜਾਣਦਾ ਜਿਉਂਵਰਸਿਟੀ ਦਾ ਕੋਈ ਵਿਦਿਆਰਥੀ ਨਹੀਂ ਜਾਣਦਾ ਪੁਰਾਣਾ ਜਾਂ ਕੋਈ ਟੀਚਰ ਨਹੀਂ ਜਾਣਦਾ ਵੀ ਉਹ ਕਿਸ ਤਰਕਾਰ ਦਾ ਬੰਦਾ ਇਹ ਸਮਝਣ ਦੀ ਲੋੜ ਆ ਵੀ ਜੇ ਕੁੜੀਆਂ ਨੇ ਹੱ ਚੱਕਿਆ ਤਾਂ ਚੱਕਿਆ ਕਿਉਂ ਇਹਦਾ ਮਤਲਬ ਜੇ ਜਿਹੜੀਆਂ ਸਾਰੀਆਂ ਗੱਲਾਂ ਹੋ ਰਹੀਆਂ ਨੇ ਅੱਜ ਵਿਦਿਆਰਥੀ ਖੁੱਲ ਕੇ ਸਾਹਮਣੇ ਆ ਰਹੇ ਆ ਪਰ ਉਹ ਜਿਹੜੇ ਵਿਚਾਰੇ ਵਿਦਿਆਰਥੀ ਆਏ ਜਿਹੜੀਆਂ ਕੁੜੀਆਂ ਖੁੱਲ ਕੇ ਬੋਲੀਆਂ ਚੈਨਲਾਂ ਤੇ ਆ ਕੇ ਬੋਲੀਆਂ ਮੀਡੀਆ ਚ ਆ ਕੇ ਬੋਲੀਆਂ ਉਹਨਾਂ ਨੇ ਵੀਡੀਓ ਦੇ ਵਿੱਚ ਆ ਕੇ ਗੱਲਾਂ ਕਹੀਆਂ ਕਿ ਆਹ ਆ ਸਮੱਸਿਆਵਾਂ ਹੈਗੀਆਂ ਨੇ ਉਹ ਉਹਨਾਂ ਨੂੰ ਘਰਦਿਆਂ ਨੇ ਪ੍ਰੈਸ਼ਰ ਪਾ ਲਿਆ ਉਹਨਾਂ ਨੂੰ ਟੀਚਰਾਂ ਨੇ ਪ੍ਰੈਸ਼ਰ ਪਾ ਲਿਆ ਦਬਾਅ ਬਣਾ ਲਿਆ ਉਹਨਾਂ ਨੂੰ ਹੋਰ ਜਿਹੜੀ ਸਭ ਤੋਂ ਮਾੜੀ ਗੱਲ ਉਰੇ ਕੱਢੀ ਛੋਟੇ ਸਭ ਤੋਂ ਦੇਖੋ ਇਹ ਉਹ ਵਿਦਿਆਰਥੀ ਨੇ ਵਿਚਾਰੇ ਜਿਹੜੇ ਜਿਹੜੇ ਲਗਾਤਾਰ ਇਹਨਾਂ ਨੇ ਆਵਾਜ਼ ਚੱਕੀ ਇਹਨਾਂ ਨੂੰ ਅਣਪਛਾਤੇ ਨੰਬਰਾਂ ਤੋਂ ਵੀਡੀਓ ਆ ਰਹੀਆਂ ਨੇ ਸਾਨੂੰ ਵੀਡੀਓ ਵੀ ਦਿਖਾਉਣੇ ਆ ਸਾਨੂੰ ਅਸੀਂ ਆਡੀਓ ਵੀ ਸੁਣਾਉਣੇ ਆ ਜਿਹੜੀਆਂ ਇਹਨਾਂ ਨੂੰ ਧਮਕੀਆਂ ਆ ਰਹੀਆਂ ਨੇ ਆ ਇੱਕ ਇਸ ਤਰ੍ਹਾਂ ਦੀਆਂ ਜਿਹੜੀਆਂ ਇਹਨਾਂ ਨੂੰ ਫੋਟੋਆਂ ਭੇਜੀਆਂ ਜਾ ਰਹੀਆਂ ਨੇ ਆ ਦੇਖੋ ਆ ਫੋਟੋਆਂ ਨੇ ਇਹ ਆ ਫੋਟੋਆਂ ਨੇ ਇਸ ਤਰ੍ਹਾਂ ਦੀਆਂ ਇਹਨਾਂ ਨੂੰ ਆ ਰਹੀਆਂ ਵੀ ਸੋਨੂੰ ਅਸੀਂ ਤੁਸੀਂ ਉਸ ਮਸਲੇ 'ਚ ਨਹੀਂ ਪੈਣਾ ਯੂਨੀਵਰਸਿਟੀ ਵਾਲੇ 'ਚ ਅਸੀਂ ਤੁਹਾਨੂੰ ਮਾਰ ਦਿਆਂਗੇ ਅਸੀਂ ਤੁਹਾਨੂੰ ਖਤਮ ਕਰ ਦੇਵਾਂਗੇ ਇਹ ਤੁਸੀਂ ਦੇਖੋ ਵੀ ਇਹ ਇਹ ਜਿਹੜਾ ਨੰਬਰ ਆ ਆ ਆ ਆ ਫੋਟੋਆਂ ਆ ਰਹੀਆਂ ਨੇ ਆ ਦੇਖੋ ਫੋਟੋਆਂ ਆ ਰਹੀਆਂ ਨੇ ਇਹਨਾਂ ਨੂੰ ਗਰੁੱਪਾਂ ਦੇ ਵਿੱਚ WhatsApp ਗਰੁੱਪਾਂ ਦੇ ਵਿੱਚ ਫੋਟੋਆਂ ਪਾਈਆਂ ਜਾ ਰਹੀਆਂ ਨੇ ਇਹਨਾਂ ਨੂੰ ਧਮਕਾਇਆ ਜਾ ਰਿਹਾ ਇਹ ਤੁਹਾਨੂੰ ਦੱਸਦਾ ਵੀ ਇਹ ਤੁਹਾਨੂੰ 1 ਮਿੰਟ ਇਹਦੀ ਰਿਕਾਰਡਿੰਗ ਸੁਣਾ ਛੋਟੇ ਵੀਰੋ ਰਿਕਾਰਡਿੰਗ ਸੁਣੋ ਵੀ ਜਿਹੜੇ ਬੰਦੇ ਇਸ ਨੌਜਵਾਨ ਦਾ ਨੰਬਰ ਲੈ ਕੇ ਉਹਨਾਂ ਨੂੰ ਇਹ ਵੀ ਪਤਾ ਹੈ ਵੀ ਕਿਹੜੇ ਹੋਸਟਲ ਰਹਿੰਦੇ ਹੋ ਕਿੰਨੇ ਨੰਬਰ ਕਮਰੇ 'ਚ ਰਹਿੰਦੇ ਹੋ ਆ ਸੁਣੋ ਤੂੰ ਬਦਾਂ ਘਰ ਲਗਾਇਆ ਫੋਨ ਤੇ ਬਾਹਰ ਤੋਂ ਬਜ਼ਾਨ ਤੈਨੂੰ ਫੜ ਲੂੰਗਾ ਆ ਕਿ ਮੈਂ ਆ ਜਾ ਆਦਾ 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 ਕੋਈ ਚੱਕਰ ਨਹੀਂ ਆਦਾ ਕੋਈ ਮਦਮ ਜਾਂ ਹੋ ਖਲਪੰਦ ਕੋਈ ਚੱਕਰ ਨਹੀਂ ਆਦਾ ਜਦੋਂ ਮੈਂ ਮੈਂ ਫਰੀਦਕੋਟ ਖੜਾ ਆਇਆ ਫਰੀਦਕੋਟ ਫੋਰਾ ਚੌਕ ਖੜਾ ਮੈਂ ਆਇਆ ਪੰਜਾਬ ਮੈਂ ਫਰੀਦਕੋਟ ਇਹਨੂੰ ਧਮਕੀ ਇੱਕ ਕੁੜੀ ਨੂੰ ਆਇਆ ਕੁੜੀ ਵਾਲਾ ਰਿਕਾਰਡਿੰਗ ਸੁਣਾ ਕੁੜੀਆਂ ਨੂੰ ਧਮਕੀਆਂ ਦੇ ਰਿਹਾ ਜਿਹੜੀਆਂ ਕੁੜੀਆਂ ਸਾਹਮਣੇ ਆਈਆਂ ਜਾਣੇ ਹਰ ਉਸ ਵਿਦਿਆਰਥੀ ਨੂੰ ਹਾਂ ਹਰ ਇੱਕ ਕੋਟ ਵੀ ਵੀ ਮੈਂ ਨੋਟ ਕਰ ਚੁੱਕਾ ਹਾਂ ਉਹ ਦੂਜੀ ਕੁੜੀ ਵਾਲਾ ਚਲਾ ਕੁੜੀ ਵਾਲੀ ਚਲਾ ਤੇ ਫਿਰ ਇੱਥੇ ਲਖੇ ਐਡੀ ਵੱਡੀ ਤੇੜੀ ਠੇਰਾ ਜਿਹੜੀ ਨਹੀਂ ਚਾਹੁੰਦੀ ਕਿ ਇਹ ਮਸਲਾ ਜਿਹੜਾ ਅੱਗੇ ਆਵੇ ਜਾਂ ਪ੍ਰੋਫੈਸਰ ਤੱਕ ਜਿਹੜੇ ਸਵਾਲ ਉੱਠ ਰਹੇ ਨੇ ਉਹ ਸਵਾਲ ਨਾ ਉੱਠਣ ਜਾਂ ਚੁੱਪ ਹੋ ਜਣ ਐਡੀ ਤੇਰ ਵੱਡੀ ਕਿਹੜੀ ਹੈ ਦੇਖੋ ਤੇਰ ਦੀ ਜਿਹੜੀ ਆਪਾਂ ਗੱਲ ਕਰਦੇ ਆਂ ਪਿਛਲੇ ਸਮੇਂ ਦੌਰਾਨ ਰੋਹਤ ਬੇਮੁੱਲੇ ਦੀ ਮੌਤ ਹੁੰਦੀ ਹੈ ਖੁਦਕੁਸ਼ੀ ਕਰ ਜਾਂਦਾ ਇੱਕ ਯੂਨੀਵਰਸਿਟੀ ਦਾ ਵਿਦਿਆਰਥੀ ਉਹ ਗੱਲ ਵਿੱਚੀ ਦਬ ਦਿੱਤੀ ਜਾਂਦੀ ਹੈ ਕਿਉਂਕਿ ਇੱਕ ਐਸਸੀ ਵਿਦਿਆਰਥੀ ਸੀ ਉਹਨੂੰ ਇਸ ਤਰੀਕੇ ਦੇ ਨਾਲ ਜਰਨਲ ਵਰਗ ਵੱਲੋਂ ਰੱਖ ਲੋ ਉਸ ਕੈਟਾਗਰੀ ਦੇ ਬੰਦਿਆਂ ਵੱਲੋਂ ਰੱਖ ਲੋ ਸਾਰੇ ਨਹੀਂ ਮੈਂ ਕਹਿੰਦਾ ਇੱਕੋ ਜੇ ਹੁੰਦੇ ਆ ਵਿੱਚ ਜਿਨਾਂ ਦੇ ਜਾਤ ਵਾਲਾ ਧੌਣ ਚ ਕਿੱਲਾ ਹੈਗਾ ਉਸ ਤਰ੍ਹਾਂ ਦੇ ਬੰਦਿਆਂ ਵੱਲੋਂ ਉਹਨੂੰ ਆ ਕੁੜੀ ਨੂੰ ਸੁਣ ਲਓ ਪਹਿਲਾਂ ਹੈਲੋ ਹਰਮਨ ਕੋਲ ਹੋਣ ਲਿਆ ਕੋ ਹਾਂਜੀ ਹਰਮਨ ਕੋਲ ਹੋਣ ਲਿਆ

ਓਹੋ ਇਹ ਇਹ ਨੂੰ ਧਮਕਾ ਰਿਹਾ ਵੀ ਤੂੰ ਜਨਿਵਰਸਟੀ ਵਾਲੇ ਮਸਲੇ 'ਚ ਨਹੀਂ ਜਾਣਾ ਹਰਮਨ ਕੌਰ ਬੋਲ ਰਹੀ ਹੈ ਤੈਨੂੰ ਮਾਰ ਦਿਆਂਗੇ ਗੋਲੀ ਮਾਰਾਂਗੇ ਇਹ ਨੰਬਰ ਕਿਹੜਾ ਨੰਬਰ ਦੱਸ ਮੜਾ ਜਾ ਜਿਹੜੇ ਨੰਬਰ ਤੋਂ ਆਈਆਂ ਧਮਕੀਆਂ ਆ ਸਕਰੀਨ ਸ਼ਾਟ ਲੈ ਆ ਆ ਨੰਬਰ ਆ 91 152 54705 162 ਆ 91 152 54705 ਨੰਬਰ ਆ 161 ਹੈਗਾ 62 843 17878 62843 17878 ਇਹਨਾਂ ਨੰਬਰਾਂ ਤੋਂ ਧਮਕੀਆਂ ਆ ਰਹੀਆਂ ਨੇ ਹੁਣ ਇੱਥੇ ਜਿਹੜਾ ਪ੍ਰਸ਼ਾਸਨ ਡਾਂਗਾਂ ਲਈ ਖੜਾ ਯੂਨੀਵਰਸਿਟੀ ਵਾਲੇ ਡਿਕਟੇਟਰ ਬਣੇ ਬੈਠੇ ਆ ਸਟੂਡੈਂਟਾਂ ਨੂੰ ਹੌਲੜ ਦੱਸਦੇ ਆ ਗੱਲ ਸੁਣਨ ਨੂੰ ਤਿਆਰ ਨਹੀਂ ਨਾ ਇਸ ਮਾਮਲੇ ਦੀ ਜਾਂਚ ਕਰਾਉਣਾ ਚਾਹੁੰਦੇ ਵੀ ਮਸਲਾ ਉੱਠਿਆ ਕਿਉਂ ਇਹ ਅੱਜ ਦਾ ਨਹੀਂ ਮੈਂ ਪਹਿ ਕਹਿ ਰਿਹਾ ਵੀ ਪਿਛਲੇ 10-15 ਸਾਲ ਤੋਂ ਇਹ ਲਗਾਤਾਰ ਜਿਹੜਾ ਸ਼ੋਸ਼ਣ ਹੋ ਰਿਹਾ ਵਿਦਿਆਰਥੀਆਂ ਦਾ ਟੀਚਰਾਂ ਵੱਲੋਂ ਇੱਕ ਯੂਨੀਵਰਸਿਟੀ ਨਹੀਂ ਕਿੰਨੀਆਂ ਯੂਨੀਵਰਸਟੀਆਂ 'ਚ ਹੋ ਰਿਹਾ ਹਰ ਕੋਈ ਪੀ ਐਚ ਡੀ ਕਰ ਰਿਹਾ ਕੋਈ ਐਮ ਐਫਲ ਕਰ ਰਿਹਾ ਜਾਨੀ ਹਰ ਹਰ ਇੱਕ ਵਿਦਿਆਰਥੀ ਦੀ ਇੱਕ ਮਜਬੂਰੀ ਆ ਉਹ ਮਜਬੂਰੀ ਦਾ ਫਾਇਦਾ ਠਾ ਕੇ ਟੀਚਰ ਕੀ ਕੁਝ ਕਰ ਰਹੇ ਨੇ ਕਈ ਵਾਰੀ ਕੁੜੀਆਂ ਚੁੱਪ ਕਰਕੇ ਸਭ ਕੁ ਸਹਿਨ ਕਰ ਜਾਂਦੀਆਂ ਨੇ ਨਾ ਚਾਹੁੰਦੇ ਹੋ ਵੀ ਕਈ ਵਾਰੀ ਤਾਂ ਆਪਣੀ ਇੱਜ਼ਤਾਂ ਨਾਲ ਸਮਝੌਤੇ ਕਰ ਜਾਂਦੀਆਂ ਨੇ ਇਹ ਹੁੰਦਾ ਪਰ ਇਹਦੇ ਲਈ ਇਹਦੀ ਜਾਂਚ ਪੜਤਾਲ ਕਰਨ ਦੇ ਲਈ ਮਕਸਦ ਕੀ ਆ ਵੀ ਜਿਉਂਵਰਸਿਟੀ ਆ ਜਾਂ ਕੋਈ ਵੀ ਅਦਾਰਾ ਉਹਦੀ ਬਦਨਾਮੀ ਨਾ ਹੋਵੇ ਜੀ ਸਾਡੀ ਨਾ ਗੱਲ ਬਾਹਰ ਜਾਵੇ ਜੀ ਵਿੱਚ ਹੀ ਦੱਬ ਦਿੰਦੇ ਨੇ ਜਿਵੇਂ ਪਹਿਲਾਂ ਮੈਂ ਗੱਲ ਕਰ ਰਿਹਾ ਸੀਗਾ ਵੀ ਰੋਹਤ ਬੇਮੁੱਲਾ ਮਰਦਾ ਤਾਂ ਉਹਨੂੰ ਲਗਾਤਾਰ ਉਸ ਤਰੀਕੇ ਨਾਲ ਉਹਦੀ ਜਾਤ ਨੂੰ ਲੈ ਕੇ ਉਹਨੂੰ ਟੌਰਚਰ ਕੀਤਾ ਜਾਂਦਾ ਤਾਂ ਉਹ ਵਿਚਾਰਾ ਅਖੀਰ ਨੂੰ ਬਹੁਤ ਵੱਡੀ ਚਿੱਠੀ ਲਿਖਦਾ ਉਹ ਬਹੁਤ ਵੱਡੀ ਚਪੇੜ ਆ ਸਿਸਟਮ ਸਮਾਜ ਦੇ ਮੂੰਹ ਤੇ ਜਿਹੜੇ ਅੱਜ ਗੱਲਾਂ ਕਰਦੇ ਆ ਕਿ ਅਸੀਂ ਜਾਤ ਪਾਤ ਨੂੰ ਖਤਮ ਕਰਤਾ ਜਿੱਥੇ ਕੋਈ ਜਾਤ ਪਾਤ ਨਹੀਂ ਹੈਗੀ ਉਹ ਉਹਦੇ ਤੇ ਚਿੱਠੀ ਲਿਖਦਾ ਮੈਂ ਕਿਉਂ ਮਰਨ ਜਾ ਰਿਹਾ ਉਹਦੀ ਮਾਂ ਮਰਗੀ ਇਨਸਾਫ ਮੰਗਦੀ ਵਿਚਾਰੀ ਧੱਕੇ ਖਾਂਦੀ ਅਦਾਲਤਾਂ ਦੇ ਕੋਈ ਇਨਸਾਫ ਨਹੀਂ ਕਿਤੇ ਮਿਲਿਆ ਪਿੱਛੇ ਜੇ ਇੱਕ ਵਿਦਿਆਰਥੀ ਦਾ ਇੱਕ ਸਿੱਖ ਨੌਜਵਾਨ ਮੁੰਡੇ ਦਾ ਰਾਸਤਾਨ ਯੂਨੀਵਰਸਿਟੀ ਦੇ ਵਿੱਚ ਕਤਲ ਹੋ ਜਾਂਦਾ ਮੂੰਹ ਬੰਨ ਕੇ ਉਹਦੇ ਲਫਾਫੇ ਤੇ ਚੜਾ ਕੇ ਮੂੰਹ ਦੇ ਉੱਤੇ ਕਿੰਨਾ ਬੁਰੇ ਤਰੀਕੇ ਨਾਲ ਉਹਨੂੰ ਮਾਰਿਆ ਜਾਂਦਾ ਕੀ ਉਹਦਾ ਕੋਈ ਸਾਹਮਣੇ ਸਾਡੇ ਆਈ ਗੱਲ ਵੀ ਕਿਉਂ ਮਾਰਿਆ ਗਿਆ ਉਹ ਆ ਹੁਣ ਤੀਜੀ ਘਟਨਾ ਜਿਹੜੀ ਲਗਾਤਾਰ ਥੋੜੇ ਦਿਨਾਂ ਦੇ ਵਿੱਚ ਇੱਥੇ ਪੰਜਾਬ 'ਚ ਵਾਪਰੀ ਹੈ ਪੰਜਾਬੀ ਹਸਪਤਾਲਾ 'ਚ ਵਾਪਰੀ ਹੈ ਕੀ ਇਹ ਸਾਹਮਣੇ ਆਊਗਾ ਵੀ ਯਾਰ ਇਹਦਾ ਜ਼ਿੰਮੇਵਾਰ ਕੌਣ ਆ ਇਹ ਕਿਉਂ ਹੋ ਰਿਹਾ ਬਾਰ ਬਾਰ ਇਹ ਕਿਉਂ ਹੋ ਰਿਹਾ ਤਾਂ ਮੈਂ ਬਾਰ ਬਾਰ ਹੀ ਗੱਲ ਕਰਦਾ ਵੀ ਨਹੀਂ ਕੋਈ ਵੀ ਬੱਚਾ ਨਹੀਂ ਹੁੰਦਾ ਜਿਹੜਾ ਆਪ ਦੇ ਟੀਚਰ ਨਾਲ ਆ ਦੇ ਗੁਰੂ ਨਾਲ ਬਗਾੜੂਗਾ ਆਪਣੇ ਰਿਸ਼ਤੇ ਖਰਾਬ ਕਰੂਗਾ ਉਹਨੇ ਉਹ ਤਾਂ ਵਿਦਿਆ ਲੈਣੀ ਹੈ ਗਿਆਨ ਲੈਣਾ ਉਹਨੂੰ ਗੁਰੂ ਮੰਨਦਾ ਹੁੰਦਾ ਗੁਰੂ ਦੇ ਖਿਲਾਫ ਕਿਉਂ ਜਾਊਗਾ ਕੋਈ ਵੀ ਪਰ ਲਗਾਤਾਰ ਸਰਜੀਤ ਦੇ ਖਿਲਾਫ ਮੈਂ ਅਜੇ ਤੱਕ ਨਹੀਂ ਮੈਨੂੰ ਪਿਛਲੇ ਲੰਮੇ 10-12 ਸਾਲ ਤੋਂ ਪਤਾ ਕਿ ਲਗਾਤਾਰ ਵਿਦਿਆਰਥੀਆਂ ਦੇ ਅੰਦਰ ਇਹ ਗੱਲਾਂ ਰਹੀਆਂ ਨੇ ਹੁਣ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਕਿ ਕੁੜੀਆਂ ਨੂੰ ਕੁੜੀ ਟੀਚਰ ਨੂੰ ਕੀ ਮੰਨਦੀ ਆ ਮਾਂ-ਬਾਪ ਤੋਂ ਅੱਗੇ ਮੰਨਦੀ ਆ ਨਾ ਮੈਂ ਪਹਿਲਾਂ ਕਿਹਾ ਤੇ ਉਹ ਯਾਰ ਇੱਕ ਗੁਰੂ ਸਾਨੂੰ ਇੰਨੀ ਗੱਲ ਕਹਿ ਦੇ ਕਿ ਤੇਰੇ ਪੀੜਾ ਹੁਣੇ ਹਟਾ ਦਿਆਂਗੇ ਐ ਕਰ ਦਿਆਂਗੇ ਉਹ ਹਟ ਕਰ ਦਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਬੋਲਣੀਆਂ ਜਾਂ ਜਵਾਕਾ ਮੁੰਡਿਆਂ ਨੂੰ ਇਹ ਜਿਆ ਨੂੰ ਬੋਲਣਾ ਕਾਪੀ ਪਿੱਛੇ ਲੈ ਲੋ ਇਕੱਠੀ ਕਰਕੇ ਉਹ ਵੀ ਭਰੀ ਕਲਾਸ 'ਚ ਇਹ ਨਹੀਂ ਵੀ ਕੱਲੇ ਨੂੰ ਝੜਕਦਾ ਮੰਨ ਲਓ ਪੰਜਾਬ ਵਿਦਿਆਰਥੀ ਬੈਠੇ ਕੁੜੀਆਂ ਬੈਠੇ ਮੁੰਡੇ ਬੜੇ ਭਰੀ ਕਲਾਸ ਦੇ ਵਿੱਚ ਇੱਕ ਇੱਕ ਟੀਚਰ ਇਸ ਤਰ੍ਹਾਂ ਦੀਆਂ ਗੱਲਾਂ ਬੋਲਦਾ ਇਸ ਲਈ ਇਹ ਬਹੁਤ ਵੱਡਾ ਤੇ ਗੰਭੀਰ ਮਸਲਾ ਦੁੱਖ ਦੀ ਗੱਲ ਹੋਰ ਮੈਂ ਤੁਹਾਨੂੰ ਦੱਸ ਦੇਣੀ ਚਾਹੁੰਦਾ ਕਾਲਜਾਂ 'ਚ ਪੜਦੇ ਅਸੀਂ ਵੀ ਲੜਦੇ ਰਹੇ ਹਾਂ ਇੱਕ ਹਾਕ বাজ ਜਾਂਦੀ ਸੀ ਤਾਂ ਸਾਰੇ ਵਿਦਿਆਰਥੀ ਗੇਟ ਦੇ ਇਕੱਠੇ ਹੋ ਜਾਂਦੇ ਸੀ ਐਨੀ ਮਤਲਬ ਕਿ ਸਪਿਰਟ ਰੱਖ ਲਓ ਇੰਨਾ ਜਜ਼ਬਾ ਰੱਖ ਲਓ ਜਾਂ ਜਨੂੰਨ ਸੀ ਅੰਦਰ ਲੜਨ ਦਾ ਵੀ ਬੇਬੇਨਸਾਫੀ ਨਹੀਂ ਹੋਣ ਦੇਣੀ ਮਾੜੀਆਂ-ਵਾੜੀਆਂ ਗੱਲਾਂ ਦੇ ਜਾਂ ਟਿਕਟਾਂ ਪਿੱਛੇ ਲੜਦੇ ਰਹੇ ਅਸੀਂ ਟਿਕਟ ਕੱਟ ਗਿਆ ਬੱਸ ਵਾਲਾ ਤਾਂ ਬੱਸ ਵਾਲੇ ਘੇਰ ਲੈਂਦੇ ਸੀਗੇ ਹੁਣ ਤਾਂ ਏਡੀ ਵੱਡੀ ਘਟਨਾ ਵਾਪਰ ਗਈ ਇੱਕ ਬੱਚੀ ਵਿਚਾਰੀ ਮਰ ਗਈ ਆ ਇੱਥੇ ਸਟੂਡੈਂਟ ਕਿੰਨੇ ਆਇਆ ਇੱਥੋਂ ਦੇ ਯੂਨੀਵਰਸਿਟੀ 15000 ਸਟੂਡੈਂਟ ਹੋਣਾ ਘੱਟੋ ਘੱਟ 15 16000 ਦੋ ਢਾਈ ਸਵਾਇਆ ਹੋਸਟਲ ਖਾਲੀ ਹੋ ਗਏ ਮਾਪਿਓ ਨੇ ਘਰੇ ਆਪਣੀਆਂ ਕੁੜੀਆਂ ਬੁਲਾ ਲਈਆਂ ਮੌਨਾ ਮਾਪਿਓ ਨੂੰ ਪੁੱਛਣਾ ਚਾਹੁੰਦੇ ਆਏ ਕੈਰੋ ਕੱਲ ਨੂੰ ਛੋਡੀ ਕੁੜੀ ਨਾ ਵਾਪਰਿਆ ਫੇਰ ਫੇਰ ਪਟੋਂਗੇ ਫਿਰ ਰੋਮੋਗੇ ਫਿਰ ਛੋੜ ਨਾਲ ਕੌਣ ਖੜੂਗਾ ਤੇ ਅੱਜ ਮੈਂ ਲਾਂਤ ਪਾਉਣਾ ਇਹ ਜਵਾਨੀ ਹੁੰਦੀ ਹੈ ਜਿਹੜੀ ਡਰ ਕੇ ਘੋਰਨੇ ਚ ਵੜ ਗਈ ਹੋਸਟਲਾਂ ਚ ਵੜ ਗਈ ਜਾਂ ਛੱਡ ਕੇ ਹੋਸਟਲ ਪਿੰਡਾਂ ਨੂੰ ਤੁਰ ਗਈ ਲੜਨੇ ਨਹੀਂ ਚਾਹੁੰਦੇ ਲੱਖ ਲਾਂਡ ਦਾ ਤੁਹਾਡੀ ਇਹ ਜਬਾਨੀ ਤੇ ਜਾਈ ਜੇ ਇਹ ਨਾ ਆਈ ਯਾਰ ਤੁਸੀਂ ਲੜ ਨਹੀਂ ਸਕਦੇ ਕੀ ਤੁਸੀਂ ਕਰ ਲਓਗੇ ਅੱਗੇ ਜਾ ਕੇ ਅੱਗੇ ਤਾਂ ਲੜਾਈਆਂ ਬਹੁਤ ਵੱਡੀਆਂ ਨੇ ਸਾਡੀਆਂ ਹਕੂਮਤਾਂ ਨਾਲ ਟੱਕਰਾਂ ਪੈਣੀਆਂ ਨੇ ਉੱਥੇ ਕਿੱਥੇ ਲੜ ਲਓਗੇ ਆ ਪੂਰਾ ਪ੍ਰਸ਼ਾਸਨ ਦੇ ਖਿਲਾਫ ਤੁਸੀਂ ਖੜੇ ਹੋ ਸਕਦੇ ਆਜਾ ਐਡੀ ਵੱਡੀ ਘਟਨਾ ਹੈ ਇਹਦੇ 15000 ਨਹੀਂ ਤੇ ਘੱਟੋ ਘੱਟ 2-3000 ਵਿਦਿਆਰਥੀ ਇੱਥੇ ਸੜਕ ਤੇ ਹੋਣਾ ਚਾਹੀਦਾ ਸੀ ਤੇ ਆ 200 ਵੀ ਨਹੀਂ ਇਹ ਗੱਲ ਬਾਤ ਜਿਵੇਂ ਤੁਸੀਂ ਪਹਿਲਾਂ ਸ਼ੁਰੂ ਸਵਾਲ ਮੈਨੂੰ ਕੀਤਾ ਸੀ ਵੀ ਇਹ ਸਿੱਖ ਬਨਾਮ ਕਾਂਗਰਸਾਂ ਚ ਬਾੜਤੀ ਇਹ ਸਿੱਖ ਬਨਾਮ ਕਾਂਗਰਸ ਵਾਲੀ ਕੋਈ ਗੱਲ ਨਹੀਂ ਆ ਗਲਤ ਅਸੀਂ ਇਹ ਕਹਨੇ ਆ ਕਿ ਉਹ ਬੱਚੀ ਦੀ ਜਾਨ ਗਈ ਹੈ ਇਹ ਮਸਲੇ ਦੀ ਪੜਤਾਲ ਹੋਣੀ ਚਾਹੀਦੀ ਹੈ ਇਹਦੀ ਜਾਂਚ ਹੋਣੀ ਚਾਹੀਦੀ ਹੈ ਇਹਦੇ ਪਿੱਛੇ ਜੇ ਲਗਾਤਾਰ ਇਲਜ਼ਾਮ ਲੱਗ ਰਹੇ ਨੇ ਕੀ ਆ ਸਾਰੇ ਖੜੇ ਨੇ ਕੀ ਸਾਰੀ ਯੂਨੀਵਰਸਿਟੀ ਦੇ ਵਿਦਿਆਰਥੀ ਜਿਹੜੇ ਬੋਲ ਰਹੇ ਨੇ ਉਹ ਖੜੇ ਨੇ ਕੀ ਉਹਨਾਂ ਦੀ ਕੋਈ ਨਿੱਜੀ ਦੁਸ਼ਮਣੀ ਹੈ ਸਰਜੀਤ ਨਾਲ ਕੀ ਰੌਲਾ ਸਰਜੀਤ ਨਾਲ ਕਿਉਂ ਕਿਉਂ ਉਠ ਰਿਹਾ ਹੈ ਬਵਾਦ बार-बार ਕੀ ਇਹਨੂੰ ਵਾਈਸ ਚਾਂਸਲਰ ਨੂੰ ਇਹਦੀ ਪੜਤਾਲ ਨਹੀਂ ਕਰਨੀ ਚਾਹੀਦੀ ਕੀ ਇੱਥੋਂ ਦੇ ਡਿਊਟੀ ਕਮਿਸ਼ਨਰ ਹੁਣ ਆਏ ਐ ਇਸ ਯੂਨੀਵਰਸਿਟੀ ਕੀ ਉਹਨੂੰ ਪੜਤਾਲ ਨਹੀਂ ਕਰਨੀ ਚਾਹੀਦੀ ਇਦਾ ਫਿਰ ਚੁੱਪ ਕਰ ਜਾਓ ਅੱਜ ਠੀਕ ਆ ਅੱਜ ਇੱਕ ਮਰ ਗਈ ਅਹੀਂ ਸ਼ੋਸ਼ਨ ਹੋਈ ਜਾਊਗਾ ਪਰ ਚੁੱਪ ਕਰ ਘਰਾਂ ਚ ਘਰਾਂ ਨੂੰ ਵੜ ਜਾਓ ਕੱਲ ਨੂੰ ਕੋ ਹੋਰ ਦੀ ਵਾਰੀ ਐ ਜਾਂ ਚੁੱਪ ਕਰਕੇ ਪਰਸ਼ੋਸ਼ਨ ਕਰਾਈ ਜਾਓ ਛਤਰ ਖਾਈ ਜਾਓ ਜਲੀਲ ਹੋਈ ਜਾਓ ਜੋ ਮਰਜ਼ੀ ਕਰਾਈ ਜਾਓ ਆਪਣੀ ਜਿੱਤ ਨਾਲ ਕਰਾਈ ਜਾਓ ਪਰ ਚੁੱਪ ਰਹੋ ਦੂਜੀ ਤਰ ਵੱਲੋਂ ਇੱਕ ਸਵਾਲ ਹੋਰ ਖੜੇ ਹੋ ਰਹੇ ਨੇ ਕਿ ਜੇਕਰ ਪੈਤੀ ਜਿਹੜੀ ਆ ਉਹ ਬਿਮਾਰ ਸੀ ਤਾਂ ਬਿਮਾਰਤੀ ਨੂੰ ਯੂਨੀਵਰਸਿਟੀ ਦੇ ਵਿੱਚ ਭੇਜਿਆ ਹੀ ਕਿਉਂ ਗਿਆ ਇਹ ਸਵਾਲ ਜਿਹੜੇ ਹੋ ਰਿਹਾ ਖੜਾ ਕਿ ਉਹਨੂੰ ਭੇਜਿਆ ਮੈਂ ਇਹ ਨਹੀਂ ਕਹਿੰਦਾ ਕਿ ਉਹਨੇ ਖੁਦਕੁਸ਼ੀ ਕੀਤੀ ਆ ਹੂੰ ਜੇ ਖੁਦਕੁਸ਼ੀ ਦਾ ਜ਼ਿੰਮੇਵਾਰ ਉਹ ਇੱਕ ਬਿਮਾਰ ਸੀ ਜਦੋਂ ਇੱਕ ਬਿਮਾਰ ਬੱਚੇ ਨੇ ਛੁੱਟੀ ਮੰਗੀ ਮੰਨ ਲਓ ਛੁੱਟੀ ਨਹੀਂ ਦਿੱਤੀ ਜਾਂਦੀ ਉਹਨੂੰ ਇਹ ਡਰਾਇਆ ਜਾਂਦਾ ਹੁਣ ਜਿਹੜਾ ਨਵਾਂ ਵਿਦਿਆਰਥੀ ਫਸਟ ইয়ার ਦਾ ਵਿਦਿਆਰਥੀ ਉਹਦੇ ਇਹ ਵੀ ਮਨਚ ਡਾਲ ਹੁੰਦਾ ਵੀ ਯਾਰ ਲੈਕਚਰ ਨਾਲ ਸ਼ਾਰਟ ਹੋ ਜਾਣਾ ਕੱਲ ਨੂੰ ਮੈਨੂੰ ਪੇਪਰਾਂ 'ਚ ਨਾ ਬੈਠਣ ਦੇ ਰੋਲ ਨੰਬਰ ਨਾ ਮਿਲੇ ਇਸ ਤਰ੍ਹਾਂ ਦੀਆਂ ਗੱਲਾਂ ਦਿਮਾਗ 'ਚ ਹੁੰਦੀਆਂ ਨੇ ਹੋਸਰਾ ਉਹ ਏਸੇ ਡਿਪਰੈਸ਼ਨ ਦੇ ਵਿੱਚ ਹੋਵੇ ਵੀ ਹਾਂ ਯਾਰ ਕੱਲ ਨੂੰ ਜੇ ਮੈਂ ਨਾ ਕਲਾਸ ਚਾਈ ਹੋਸਰਾ ਮੈਂ ਲੈਕਚਰ ਨਾਲ ਸ਼ਾਰਟ ਕਰ ਦੇਣਾ ਇਹ ਤਾਂ ਉਹਨੇ ਲਗਾਤਾਰ ਛੁੱਟੀ ਤਾਂ ਮੰਗੀ ਆ ਨਾ ਕਈ ਵਾਰੀ ਹੁਣ ਇਹ 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 ਸਾਰੀ ਜਿਹੜੀ ਕਲਾਸ ਆਉਦੀ ਇਹ ਦੱਸ ਰਹੀ ਹੈ ਕਿ ਲਗਾਤਾਰ ਉਹ ਬਿਮਾਰ ਹੋਣ ਦੇ ਬਾਵਜੂਦ ਵੀ ਆਉਂਦੀ ਰਹੀ ਤਾਂ ਆਉਂਦੀ ਕਿਉਂ ਰਹੀ ਜੇ ਇੱਕ ਟੀਚਰ ਨਾਲ ਰਿਸ਼ਤਾ ਹੀ ਇੰਨਾ ਵਧੀਆ ਹੁੰਦਾ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਬੇਟਾ ਤੂੰ ਜਾ ਜੇ ਕੋਈ ਗੱਲ ਨਹੀਂ ਠੀਕ ਹੋ ਕੇ ਘਰੋਂ ਆ ਜੀ ਅਸੀਂ ਅਸੀਂ ਕਦੇ ਵੀ ਮੇਰੀ ਗੱਲ ਸੁਣੋ ਅਸੀਂ ਕਦੇ ਵੀ ਇਸ ਗੱਲ ਦੀ ਆੜ ਦੇ ਵਿੱਚ ਨਹੀਂ ਹੈਗੇ ਵੀ ਕਿਸੇ ਬੰਦੇ ਨੂੰ ਨਜਾਇਜ਼ ਹੀ ਸਜ਼ਾ ਮਿਲ ਜੇ ਜਾਂ ਉਹਦਾ ਪੱਖ ਹੀ ਨਾ ਸੁਣਿਆ ਜਾਵੇ ਅਸੀਂ ਕਹਿੰਦੇ ਆ ਇਹ ਮਸਲੇ ਦੀ ਪੜਤਾਲ ਪਿਛਲੇ ਜਰੋਂ ਦਾ ਪ੍ਰੋਫੈਸਰ ਸਰਜੀਤ ਇੱਥੇ ਆਇਆ ਜੋ ਹੋਰ ਪ੍ਰੋਫੈਸਰ ਰਹੇਗੇ ਨੇ ਉਦੋਂ ਤੋਂ ਲੈ ਕੇ ਉਹਨਾਂ ਦੀ ਪੜਤਾਲ ਕਰ ਲੋ ਪੁਰਾਣੇ ਸਟੂਡੈਂਟ ਵੀ ਇੱਥੇ ਬਥੇਰੇ ਬੈਠੇ 10-10 ਸਾਲ ਦੇ ਇੱਥੇ ਬੈਠੇ ਨੇ ਜਿਹੜੇ ਸਕਾਲਰ ਨੇ ਉਹਨਾਂ ਨੂੰ ਪੁੱਛ ਲੋ ਠੀਕ ਆ ਜਾਂ ਜਿਹੜੇ ਨਵੇਂ ਆਏ ਉਹਨਾਂ ਨੂੰ ਪੁੱਛ ਲੋ ਮੈਂ ਖੁਦ ਮੈਨੂੰ ਪਤਾ ਯਾਰ ਮੈਂ 10 ਸਾਲ 12 ਸਾਲ ਤੋਂ ਇੱਥੇ ਰਿਹਾ ਮੈਨੂੰ ਪਤਾ ਕੀ ਕਹਾਣੀ ਆ ਮੈਂ ਕਹਿੰਦਾ ਦੀ ਪੂਰੀ ਪੜਤਾਲ ਹੋਵੇ ਜੇ ਉਹ ਦੋਸ਼ੀ ਪਾਇਆ ਜਾਂਦਾ ਤੋਂ ਕੜਾ ਦਿੱਤਾ ਜਾਵੇ ਇੱਕ ਗੱਲ ਚੱਲ ਰਹੀ ਹੈ ਕਿੰਦੇ ਰਿਟਾਇਰ ਜੱਜ ਦੀ ਜਿਹੜੀ ਆ ਉਹ ਭਾਈ ਗਈ ਹੈ ਜਾਂਚ ਵੀ ਇਹ ਸਾਰੇ ਵਿਸ਼ੇ ਦੇ ਉੱਤੇ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਇੱਥੇ ਨਾ ਮਨਿੰਦਰ ਜੱਜਾਂ ਦੀਆਂ ਸਿੱਟਾਂ ਬੈਠ ਜਾਂਦੀਆਂ ਨੇ ਇੱਥੇ ਡੀਸੀ ਆ ਜਾਂਦੇ ਨੇ ਇੱਥੇ ਹੋਰ ਧਿਰਾਂ ਬੈਠ ਜਾਂਦੀਆਂ ਨੇ ਪਰ ਅਖੀਰ ਨੂੰ ਲੈ ਦੇ ਕੇ ਤਾਂ ਉਹਨਾਂ ਨੇ ਭੁਗਤਣਾ ਤਾਂ ਉਸੇ ਧਿਰ ਦੇ ਹੱਕ ਚ ਹੁੰਦਾ ਆਪਾਂ ਅੱਗੇ ਵੀ ਦੇਖਿਆ ਵੀ ਕਿੰਨੀਆਂ ਕਿੰਨੇ ਮਸਲਿਆਂ ਦੇ ਉੱਤੇ ਇੱਥੇ ਸਿੱਟਾਂ ਬਣੀਆਂ ਰਿਟਾਇਰਡ ਜੱਜਾਂ ਦੀਆਂ ਬੜੀਆਂ ਹੋਰ ਵਿੱਚ ਬੰਦਿਆਂ ਦੀਆਂ ਬੜੀਆਂ ਕੀ ਨਿਕਲਿਆ ਉਹਨਾਂ ਸੱਟਾਂ ਚੋਂ ਕੀ ਉਹਦੀ ਪੜਤਾਲ ਚੋਂ ਨਿਕਲਿਆ ਸੋ ਨਿਕਲਣਾ ਇੱਥੇ ਵੀ ਕੁਝ ਨਹੀਂ ਇਹ ਇੱਕ ਗੱਲ ਨੂੰ ਲਮਕਾਉਣ ਵਾਲੀ ਗੱਲ ਹੈ ਲੰਮਾ ਪਾ ਦਿਓ ਹੁਣ ਉਹ ਸੈੱਟ ਦੀ ਰਿਪੋਰਟ 6 ਮਹੀਨੇ ਨਹੀਂ ਆਉਂਦੀ ਕੋ ਸਾਲ ਨਹੀਂ ਆਉਂਦੀ 6 ਮਹੀਨੇ ਸਾਲ ਨੂੰ ਲੋਕ ਵੈਸੇ ਹੀ ਭੁੱਲ ਭੁਲਾ ਜਾਣਗੇ ਯਾਨੀ ਇਹ ਇੱਕ ਲਮਕਾਉਣ ਵਾਲੀ ਗੱਲ ਆ ਇਹ ਜਾਣਦਾ ਤਾਂ ਇੱਥੇ ਦੇਖੋ ਮੇਰੀ ਗੱਲ ਸੁਣ ਇੱਥੇ ਬੱਚਾ ਬੱਚਾ ਜਾਣਦਾ ਇਹ ਹੁਣ ਵਿਚਾਰੇ ਡਰ ਰਹੇ ਸੀ ਇਹ ਨਵੇਂ ਮੁੰਡੇ ਨੇ ਇਹ ਕਹਿੰਦੇ ਬਾਈ ਯਾਰ ਕੋਈ ਗੱਲ ਬਾਤ ਹੈ ਇਹਨੂੰ ਹੱਲਾਸ਼ੈਰੀ ਦਿੱਤੀ ਮੈਂ ਕਹਿੰਦਾ ਨਹੀਂ ਯਾਰ ਤੁਸੀਂ ਅਸੀਂ ਤੁਹਾਡੇ ਨਾਲ ਖੜੇ ਆ ਤੁਸੀਂ ਸਾਹਮਣੇ ਖੁੱਲ੍ਹ ਕੇ ਗੱਲ ਲੈ ਕੇ ਆਓ ਤੇ ਅਸੀਂ ਇਹ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਇਹ ਬੀਸੀ ਨੂੰ ਕਹਿਣਾ ਚਾਹੁੰਦੇ ਆ ਵੀ ਜਿਹੜੀ ਜਿਹੜੇ ਨੰਬਰ ਅਸੀਂ ਦੋ ਬੋਲੇ ਆ ਕੀ ਦੀ ਜਾਂਚ ਹੋਊਗੀ ਕੀ ਇਹ ਬੰਦੇ ਫੜੇ ਜਾਣਗੇ ਸਵਾਲ ਇਹ ਆ ਨਾ ਜਿਹੜੇ ਬੰਦੇ ਅੱਜ ਇੱਕ ਕੁੜੀਆਂ ਨੂੰ ਵੀ ਧਮਕੀ ਦੇ ਰਹੇ ਆ ਵੀ ਤੁਹਾਨੂੰ ਮਾਰ ਦਿਆਂਗੇ ਨੰਬਰ ਵੀ ਸਾਹਮਣੇ ਆ ਗਏ ਹੁਣ ਤਾਂ ਪੁਲਿਸ ਨੰਬਰਾਂ ਤੋਂ ਮਿੰਟੋ ਮੇਡੀ ਟਰੇਸ ਕਰਕੇ ਬੰਦੇ ਚੱਕ ਲੈਂਦੀ ਹੈ ਕੀ ਬੰਦੇ ਸਾਹਮਣੇ ਆਉਣਗੇ ਕਿ ਇਹ ਇਹਦੇ ਵੀ ਸੈਟ ਬਿਠਾ ਦੇਣ ਕਿਹੜੀ ਵੀ ਜਾਂਚ ਪੜਤਾਲ ਲੰਮੀ ਪਾ ਦੇਣਗੇ ਵੀ 6 ਮਹੀਨਿਆਂ ਨੂੰ ਦੇਖੋ ਕੀ ਹੁੰਦਾ ਗੱਲ ਨੂੰ ਲਮਕਾ ਕੇ ਲੰਮੀ ਪਾ ਕੇ ਗੱਲ ਨੂੰ ਨਾ ਡਿਲੇ ਕਰ ਦਿੰਦੇ ਆ ਕੋ ਲੋਕ ਭੁਲ ਭੁਲਾ ਕੇ ਕਰਨ ਨੂੰ ਵੜ ਜਾਂਦੇ ਆ ਸੋ ਇਹ ਅਸੀਂ ਕਿਸੇ ਵੀ ਸਟੇ ਤੇ ਕੋਈ ਭਰੋਸਾ ਨਹੀਂ ਇਹੇ ਜੇ ਕਰਨਾ ਚਾਹੁੰਦੇ ਆ ਰਿਟਾਇਰਡ ਜੱਜ ਨੂੰ ਬਿਠਾਉਣਾ ਚਾਹੁੰਦੇ ਆ ਕਿਸੇ ਡੀਸੀ ਨੂੰ ਬਿਠਾਉਣਾ ਚਾਹੁੰਦੇ ਆ ਕੋਈ ਬੀਸੀ ਬਹਿਣਾ ਚਾਹੁੰਦਾ ਸਾਰੇ ਬੈਠ ਕੇ 2 ਦਿਨਾਂ ਦੇ ਵਿੱਚ ਵਿੱਚ ਸਾਰੇ ਮਸਲੇ ਦੀ ਪੜਤਾਲ ਕਰ ਲਓ ਪੂਰੀ ਬੈਕਗ੍ਰਾਉਂਡ ਦੀ ਦੇਖੋ ਪਿਛਲੇ 10 15 20 ਸਾਲਾਂ ਤੋਂ ਕਿੰਨੇ ਵਿਦਿਆਰਥੀ ਪੀੜਤ ਰਹੇ ਨੇ ਜਾ ਕੀ ਗੱਲਬਾਤ ਇਹ ਤੇ ਹੁੰਦੀ ਰਹੀ ਹੈ ਇਹ ਤਾਂ ਰਵਈਆ ਦੇਖੋ ਸੋਨੂੰ ਅੰਦਰ ਖਾਤੇ ਇੱਥੋਂ ਦੇ ਪ੍ਰੋਫੈਸਰ ਵੀ ਦੱਸ ਦੇਣਗੇ ਤੁਸੀਂ ਉਹ ਨਹੀਂ ਕੈਮਰੇ ਦੇ ਸਾਹਮਣੇ ਆਉਣਗੇ ਜੀ ਇੱਥੋਂ ਦੇ ਬਹੁਤ ਵਿਦਿਆਰਥੀ ਵੀ ਦੱਸ ਦੇਣਗੇ ਠੀਕ ਹੈ ਨਾ ਇਹ ਇਹ ਉਹਨਾਂ ਤੋਂ ਪਰਤਾਲ ਤਾਂ ਦੋ ਦਿਨ ਲੱਗਣਗੇ ਜੇ ਕਰਨੀ ਹੋਵੇ ਹਾਂ ਜੇ ਗੱਲ ਲਮਕਾ ਕੇ ਗੱਲ ਖਿਝੋਲੇ 'ਚ ਪਾਉਣੀ ਹੈ ਤੇ ਇਨਸਾਫ ਕੋਈ ਦੇਣਾ ਨਹੀਂ ਉਹੀ ਉਹੀ ਤਕੜੀ ਧਰ ਦੇ ਹੱਕ 'ਚ ਭੁਗਤਣਾ ਤੇ ਫਿਰ ਤੁਹਾਨੂੰ ਪਤਾ ਹੀ ਹੈ ਕਿ ਪਰਤਾਲਾਂ 'ਚ ਕੀ ਨਿਕਲਦਾ ਹੈ ਬਹੁਤ ਅੰਬਰ